ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਅੱਜ ਟਿਕਰੀ ਬਾਰਡਰ ਤੇ ਪਹੁੰਚੇ ਆ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਡੇ ਲੰਗਰ ਲੱਗੇ ਨੇ ਪਰ ਮੈਂ ਤੁਹਾਨੂੰ ਜੋ ਦਿਖਾਉਣਾ ਚਾਹੁੰਦਾ ਉਹ ਇਹ ਆ ਕਿ ਤੁਸੀਂ ਇਹ ਦੇਖੋਗੇ ਤਕਰੀਬਨ ਸਾਨੂੰ 12 ਕਿਲੋਮੀਟਰ ਹੋ ਗਏ ਨੇ ਔਰ ਇਹ ਜਿਹੜੇ ਕਿਸਾਨ ਸਾਡੇ ਭਰਾ ਬੈਠੇ ਨੇ ਇਹ ਲਗਾਤਾਰ ਆ ਦੇਖੋ ਇਹ ਸਾਰੇ ਤਕਰੀਬਨ ਤੁਸੀਂ ਦੇਖਦੇ ਚੱਲੋਗੇ 12 13 ਕਿਲੋਮੀਟਰ ਤੇ ਸਾਨੂੰ ਹੋ ਚੁੱਕਿਆ ਚੱਲਿਆ ਨੂੰ ਔਰ ਫਿਰ ਮੈਂ ਦੇਖਿਆ ਕਿ ਖਤਮ ਨਹੀਂ ਹੋ ਰਿਹਾ ਮੈਂ ਕਿਹਾ ਇੱਕ ਵੀਡੀਓ ਬਣਾ ਕੇ ਜ਼ਰੂਰ ਸੰਗਤਾਂ ਨੂੰ ਜਾਣਕਾਰੀ ਦਈਏ ਔਰ ਇਹ ਇੱਕ ਪਾਸੇ ਹੀ ਨਹੀਂ ਇਹ ਇਧਰ ਟਰਾਲੀਆਂ ਨੇ ਇਧਰ ਤੁਸੀਂ ਗਲੀਆਂ ਚ ਵੀ ਦੇਖੋਗੇ ਜਿੱਥੇ ਵੀ ਦੇਖੋਗੇ ਜਿੰਨੀਆਂ ਸੜਕਾਂ ਨੇ ਹਾਈਵੇ ਨੇ ਸਾਰੇ ਦੇ ਸਾਰੇ ਕਈ ਕਈ ਕਿਲੋਮੀਟਰ ਦੀਆਂ ਦੇਖੋ ਤਰਪਾਲਾ ਪਾ ਕੇ ਜੀਪਾਂ ਦੇ ਘਰ ਬਣਾ ਰੱਖਿਆ ਦੇਖੋ ਟਰੱਕ ਟਰਾਲੀਆਂ ਦੇ ਉੱਤੇ ਇਹ ਕਿਸਾਨ ਜਿਹੜਾ ਇੱਥੇ ਬੈਠਾ ਹੈ ਆਪਣੇ ਇਨਸਾਫ ਲੈਣ ਵਾਸਤੇ ਔਰ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਐਂਟੀ ਨੈਸ਼ਨਲ ਨੇ ਇਹ ਜਿਹੜਾ ਤਰਪਾਲਾ ਲੈਖੋ ਦੇਖੋ ਆਪਣੇ ਘਰੋਂ ਹੀ ਤਰਪਾਲਾ ਲੈ ਕੇ ਆਏ ਨੇ ਖਾਣ ਪੀਣ ਦਾ ਇੰਤਜ਼ਾਮ ਇਹ ਐਂਟੀ ਨੈਸ਼ਨਲ ਇਹਨਾਂ ਨੂੰ ਦੇਸ਼ ਦੇ ਖਿਲਾਫ ਦੱਸਿਆ ਜਾਂਦਾ ਹੈ ਸਰਕਾਰ ਇਹ ਚਾਹੁੰਦੀ ਕਿ ਕਿਸੇ ਤਰੀਕੇ ਇਸ ਮੋਰਚੇ ਨੂੰ ناکਾਮ ਕੀਤਾ ਜਾਵੇ ਦੇਸ਼ ਵਿਰੋਧੀ ਦੱਸ ਕੇ ਆਹ ਦੇਖੋ ਤੁਸੀਂ ਆਹ ਦੇਖੋ ਕਿਤਰਾ ਟਰੈਕਟਰ ਸੜਕਾਂ ਦੇ ਉੱਤੇ ਇਸ ਇਲਾਕੇ ਚ ਰੌਣਕਾਂ ਲਾ ਛੱਡੀਆਂ ਨੇ ਔਰ ਕਿੰਨੇ ਕਿਲੋਮੀਟਰ ਆ ਤੁਸੀਂ ਚੱਲਦੇ ਚੱਲਦੇ ਦੇਖੀ ਜਾਓ ਇਹਦਾ ਕੋਈ ਅੰਤ ਨਹੀਂ ਹੈਗਾ ਔਰ ਮੈਂ ਹੁਣ ਤਕਰੀਬਨ ਮੈਨੂੰ 10 12 ਕਿਲੋਮੀਟਰ ਹੋ ਗਏ ਨੇ ਚੱਲਦੇ ਨੂੰ ਔਰ ਅਦਾਸ 12 ਕਿਲੋਮੀਟਰ ਬਾਅਦ ਅਜੇ ਤੱਕ ਵੀ ਇਹ ਚੱਲੀ ਜਾ ਰਿਹਾ ਏ ਇਹ ਗੱਡੀਆਂ ਟਰਾਲੀਆਂ ਔਰ ਇਹ ਇੱਕ ਸੜਕਿਆ ਜਿਹੜਾ ਮੇਨ ਹਾਈਵੇ ਓ ਮੇਨ ਹਾਈਵੇ ਜੇ ਵੱਖਰਾ ਏ ਜਿਹੜਾ ਮੇਨ ਹਾਈਵੇ ਤੇ ਗੱਡੀਆਂ ਖੜੀਆਂ ਨੇ ਉਹ ਬਿਲਕੁਲ ਵੱਖਰੀਆਂ ਨੇ ਔਰ ਇਹ ਜਿਹੜਾ ਇਹ ਅੰਦਰਲੀ ਸੜਕਾਂ ਤੇ ਵੀ ਇਹ ਹਾਲ ਆ ਅੰਦਰਲੀ ਸੜਕਾਂ ਤੇ ਵੀ 1 ਇੰਚ ਜਗ੍ਹਾ ਨਹੀਂ ਹੈਗੀ ਔਰ ਆਹ ਦੇਖੋ ਤੁਸੀਂ ਆਪਣੇ ਘਰੋਂ ਇਹ ਦੇਖੋ ਸਾਰਾ ਪਾਣੀ ਦਾ ਇੰਤਜ਼ਾਮ ਗੱਡੀਆਂ ਦਾ ਇੰਤਜ਼ਾਮ ਘਰੋਂ ਹੀ ਲੈ ਕੇ ਚੱਲੇ ਨੇ ਆਹ ਦੇਖੋ ਹੁਣ ਇਹਨੂੰ ਸਰਕਾਰ ਅਗਰ ਇਹ ਕਵੇ ਕੀ ਇਹ ਕਿਸਾਨ ਜਿਹੜਾ ਹੈ ਇਹ ਐਂਟੀ ਨੈਸ਼ਨਲ ਆ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਆ ਪਰ ਅੱਜ ਤੋਂ ਬਾਅਦ ਮੈਨੂੰ ਜੋ ਲੱਗ ਰਿਹਾ ਹੈ ਜੋ ਹਾਲਾਤ ਬਣਾ ਰੱਖੇ ਨੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਚੱਲਦਾ ਪਿਆ ਟੀਵੀਾਂ ਤੇ ਕਿੰਨੇ ਕਿਲੋਮੀਟਰ ਤੱਕ ਇਹਦਾ ਕੋਈ ਇੰਤਿਹਾਮ ਹੀ ਨਹੀਂ ਆ ਕਿ ਕੋਈ ਇਹਦਾ ਇੰਤਜ ਇਹਦੀ ਕੋਈ ਲਿਮਟ ਹੀ ਨਹੀਂ ਹੈਗੀ ਆ ਦੇਖੋ ਗੱਡੀਆਂ ਲੈ ਕੇ ਆਪਣੇ ਕਿਸਾਨ ਆਪ ਆਪਣੀਆਂ ਗੱਡੀਆਂ ਲੈ ਕੇ ਆ ਪਹੁੰਚੇ ਹੋਏ ਨੇ ਸੋ ਮੈਂ ਤੁਹਾਨੂੰ ਸਿਰਫ ਦੱਸਣਾ ਚਾਹ ਰਿਹਾ ਸੀ ਕਿ ਕਿਸ ਤਰ੍ਹਾਂ ਲੰਬਾ ਤਕਰੀਬਨ ਸਾਨੂੰ ਕਈ ਕਿਲੋਮੀਟਰ ਹੋ ਗਿਆ ਹੁਣ ਜਦੋਂ ਇਹਨਾਂ ਦੀ ਗੱਲ ਸੁਣ ਲਈਏ ਪਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਜੇ ਵੀ ਜਿੱਥੋਂ ਤੱਕ ਤੁਹਾਡੀ ਨਜ਼ਰ ਪਾਉਗੀ ਕਈ ਕਿਲੋਮੀਟਰ ਲੰਬੇ ਚੱਲਦੇ ਪਏ ਨੇ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਇਹਨਾਂ ਦੀ ਸੇਵਾ ਵਾਸਤੇ ਤਤਪਰਿਆ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਗਏ ਨੇ ਆਪਣੇ ਭਰਾਵਾਂ ਦੇ ਵਾਸਤੇ ਸੋ ਇਨਾਂ ਦੀ ਕਾਮਯਾਬੀ ਵਾਸਤੇ ਤੁਸੀਂ ਵੀ ਅਰਦਾਸ ਕਰਿਓ ਜੇ ਪਰਮਾਤਮਾ ਇਸ ਅੰਦੋਲਨ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਦੇਸ਼ ਔਰ ਦੁਨੀਆ ਨੂੰ ਇੱਕ ਸੰਦੇਸ਼ ਗਿਆ ਇਸ ਅੰਦੋਲਨ ਦੇ ਰਾਹੀਂ ਕਿ ਤੁਸੀਂ ਕਿਸਾਨ ਨੂੰ ਦਬਾ ਨਹੀਂ ਸਕਦੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਗਤ ਦੇ ਵੀ ਫਤਿਹ ਸੁਣ ਲਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਫਤੇ ਕਾਲੋ ਸਾਹਿਬ ਦੀ ਫਤਵੀ ਲੈ ਲਓ ਜੀ ਜੇਕਰ ਤੁਸੀਂ ਦਰਦਰ ਦੀਆਂ ਠੋਕਰਾ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਇਧਰ ਉਧਰ ਨਾ ਘੁੰਮੋ ਕਿਉਂਕਿ ਮਹਾਕਾਲੀ ਜੋਤਿਸ਼ ਕੇਂਦਰ ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਕਬਰਾਉਣਾ ਮਹਾਕਾਲੀ ਜੋਤਿਸ਼ ਕੇਂਦਰ ਕੋਲਾ ਉਹ ਤੇ ਆਪਣੀ ਹਰ ਸਮੱਸਿਆ ਤੋਂ ਛੁਟਕਾਰਾ ਪਾਓ ਵਸ਼ਿਕਨ ਸਪੈਸ਼ਲਿਸਟ ਲੰਬੈਰਿਸ ਕੋਟ ਕਚੈਰੀ ਵਿੱਚ ਜਿੱਤ ਵਿਦੇਸ਼ ਜਾਤਰਾ ਕਰਜੇ ਤੋਂ ਛੁਟਕਾਰਾ ਪਤੀ ਪਤਨੀ ਵਿੱਚ ਅਣਬਣ ਕਾਰੋਬਾਰ ਵਿੱਚ ਘਾਟਾ ਲਾਟਰੀ ਨੰਬਰ ਬਿਮਾਰੀ ਵਿੱਚ ਦੁਆਰ ਨਾ ਲੱਗਣਾ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਆਤ ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ ਤੁਸੀਂ ਰੋਂਦੇ ਹੋਏ ਆਓਗੇ ਅਤੇ ਹੱਸਦੇ ਹੋਏ ਜਾਓਗੇ ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ ਤਾਂ ਫਿਰ ਸੋਚਣਾ ਛੱਡੋ ਆਜੀ ਆਓ ਮਹਾਕਾਲੀ ਜੋਤਿਸ਼ ਕੇਂਦਰ ਮੋਬਾਈਲ ਨੰਬਰ 7007948877